ਨਵਾਂਸ਼ਹਿਰ ਬਲਾਚੌਰ ਦੇ ਹਾਈਵੇ ਨੇੜੇ ਇੱਕ ਹਸਪਤਾਲ ਦੇ ਕੋਲ ਇੱਕ ਕਾਰ ਵਿੱਚ ਸਵਾਰ ਵਿਅਕਤੀਆਂ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਥਾਨ 'ਤੇ ਇੱਕਦਮ ਹਫੜਾ ਦਫੜੀ ਮੱਚ ਗਈ। ਮੌਕੇ 'ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਨਵਾਂਸ਼ਹਿਰ ਦੇ SPD ਡਾਕਟਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗੋਲੀਕਾਂਡ ਕੇਸ ਬਾਰੇ ਪੂਰੀ ਜਾਂਚ ਪੜਤਾਲ ਕਰ ਰਹੇ ਹਾਂ। ਕੁਝ ਹੀ ਸਮੇਂ ਵਿੱਚ ਇਸ ਕੇਸ ਨੂੰ ਵੀ ਟਰੇਸ ਕਰ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਵੀ ਜਲਦ ਫੜ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਕਾਰ ਸਵਾਰ ਹਰਿਆਣਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਇੰਸੀਡੈਂਟ ਰਿਪੋਰਟ ਹੋਇਆ, ਦੋ ਬੰਦੇ ਕਾਰ ਸਵਾਰ ਸੀਗੇ, ਉਹ ਇਸ ਏਰੀਏ ਦੇ ਵਿੱਚ ਆਉਂਦੇ ਹੈ ਤਾਂ ਮੋਟਰਸਾਈਕਲ ਇਵੇਂ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ, ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ। ਸੈਕਿੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ, ਉਹਦੀ ਸਟੇਟਮੈਂਟ ਲੈਂਦੇ ਹਾਂ, FIR ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਆਰੰਭ ਕਰਦੇ ਹਾਂ। ਪਤਾ ਲੱਗੇ ਸਰ ਹਲੇ ਇਨੀਸ਼ੀਅਲ ਸਟੇਜਿਸ ਹੈ, ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾਂ ਆਪਾਂ ਮੌਕੇ ਦੇ ਉੱਪਰ ਪੁੱਜੇ ਹਾਂ, ਪਤਾ ਲੱਗਿਆ ਕਿ ਇੱਕ ਬੰਦੇ ਦੀ ਡੈਥ ਹੋਈ ਹੈ। ਜਿਹੜਾ ਸੈਕਿੰਡ ਬੰਦਾ ਹੈ ਉਹਦੀ ਸਟੇਟਮੈਂਟ ਲੈਂਦੇ ਹਾਂ, ਆਪਾਂ ਉਹਦੇ ਕੋਲ ਪੁੱਛਗਿੱਛ ਕਰਦੇ ਹਾਂ ਕਿ ਇਹ ਇੰਸੀਡੈਂਟਸ ਕੀ ਸੀਗਾ ਅਤੇ ਕਿਸ ਤਰੀਕੇ ਨਾਲ। ਇਨੀਸ਼ੀਅਲੀ ਤਾਂ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ ਪਾਸ ਦੇ ਬੰਦੇ ਸੀਗੇ, ਇਸ ਏਰੀਏ 'ਚ ਕਿਸ ਕੰਮ ਕਰਕੇ ਆਏ ਸੀਗੇ, ਕੀ ਕਰ ਰਹੇ ਸੀਗੇ, ਇਹ ਤਫਤੀਸ਼ ਦਾ ਵਿਸ਼ਾ ਹੈ। ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਰੰਭ ਕਰ। ਫਿਲਹਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਂਜੇ ਸੀਗੇ, ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਹਾਂ, ਫਿਰ ਜਿਹੜੀ ਹੈਗੀ ਪੂਰੀ ਚੀਜ਼ਾਂ ਕਲੀਅਰ ਹੋਣਗੀਆਂ, FIR ਆਰੰਭ ਕਰਦੇ ਹਾਂ। FIR ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲਦ ਤੋਂ ਜਲਦ ਜਿਹੜੀ ਹੈ ਸ਼ੇਅਰ ਕੀਤੀ ਜਾਏਗੀ। ਹਾਂ, ਇੱਕ ਪੋਸਟਰ ਜ਼ਰੂਰ ਮਿਲਿਆ, ਉਹਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਹੈ। ਜਿਹੜਾ ਬੰਦਾ ਨਾਲ ਸੀਗਾ, ਜਿਹੜਾ ਬੰਦਾ ਕੋ ਡਰਾਈਵਰ ਸੀਗਾ, ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਹਾਂ, ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਕਰ ਸਕਦੇ ਹਾਂ। ਜਿਵੇਂ ਗੋਲੀ ਚੱਲੀ ਹੈ ਉਹ ਸ਼ੀਸ਼ਾ ਜਿਹੜਾ ਅੰਦਰੋਂ ਬਾਹਰ ਨੂੰ ਆਇਆ, ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜੱਜਮੈਂਟ? ਦੇਖੋ ਇਹ ਤਫਤੀਸ਼ ਦਾ ਵਿਸ਼ਾ ਜੀ, ਪਤਾ ਲੱਗਿਆ, FIR ਦਰਜ ਕਰਦੇ ਹਾਂ, ਸਟੇਟਮੈਂਟ ਲੈਂਦੇ ਹਾਂ, ਸਾਡੀਆਂ ਵੱਖ ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਏ ਦੇ ਵਿੱਚ ਹੈਗੀਆਂ, CCTV ਕੈਮਰੇ ਚੈੱਕ ਹੋ ਰਹੇ ਆ, ਬਾਕੀ ਸਾਰੀਆਂ ਟੈਕਨੀਕਲ ਜਾਂ ਹਿਊਮਨ ਇੰਟੈਲੀਜੈਂਸ ਨਾਲ ਜਿਸ ਤਰ੍ਹਾਂ ਦੀ ਹੋਏਗੀ ਕੰਮ ਨੂੰ ਟਰੇਸ ਕਰਦੇ ਹਾਂ। ਬਿਲਕੁਲ ਜੀ, ਹੋਰ ਵੀ ਬਰਾਮਦ ਹੋਇਆ, ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਉਹ ਆਲਰੇਡੀ ਇਨ ਪਲੇਸ ਹੈ, ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ ਰਹੇ ਹਾਂ। ਆਪਾਂ ਇਨੀਸ਼ੀਅਲ ਸਟੇਜਿਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ, ਤੁਹਾਨੂੰ ਸ਼ੋਰਟਲੀ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ। ਥੈਂਕ ਯੂ। ਦੋ ਬੰਦੇ ਕਾਰ ਸਵਾਰ ਸੀਗੇ, ਉਹ ਇਸ ਏਰੀਏ ਦੇ ਵਿੱਚ ਆਉਂਦੇ ਹੈ ਤਾਂ ਮੋਟਰਸਾਈਕਲ ਇਵੇਂ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ, ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ। ਸੈਕਿੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ, ਉਹਦੀ ਸਟੇਟਮੈਂਟ ਲੈਂਦੇ ਹਾਂ, FIR ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਆਰੰਭ ਕਰਦੇ ਹਾਂ। ਰੰਜਿਤ, ਪਤਾ ਲੱਗੇ ਸਰ ਕੀ ਮਾਰਾ? ਹਲੇ ਇਨੀਸ਼ੀਅਲ ਸਟੇਜਿਸ ਹੈ, ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾਂ ਆਪਾਂ ਮੌਕੇ ਦੇ ਉੱਪਰ ਪੁੱਜੇ ਹਾਂ, ਪਤਾ ਲੱਗਿਆ ਕਿ ਇੱਕ ਬੰਦੇ ਦੀ ਡੈਥ ਹੋਈ ਹੈ। ਜਿਹੜਾ ਸੈਕਿੰਡ ਬੰਦਾ ਹੈ ਉਹਦੀ ਸਟੇਟਮੈਂਟ ਲੈਂਦੇ ਹਾਂ, ਉਹਦੇ ਕੋਲ ਪੁੱਛਗਿੱਛ ਕਰਦੇ ਹਾਂ ਕਿ ਇਹ ਇੰਸੀਡੈਂਟਸ ਕੀ ਸੀਗਾ ਅਤੇ ਕਿਸ ਤਰੀਕੇ। ਇਨੀਸ਼ੀਅਲੀ ਤਾਂ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ ਪਾਸ ਦੇ ਬੰਦੇ ਸੀਗੇ, ਇਸ ਏਰੀਏ 'ਚ ਕਿਸ ਕੰਮ ਕਰਕੇ ਆਏ ਸੀਗੇ, ਕੀ ਕਰ ਰਹੇ ਸੀਗੇ, ਇਹ ਤਫਤੀਸ਼ ਦਾ ਵਿਸ਼ਾ ਹੈ। ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਰੰਭ ਕਰਦੇ ਹਾਂ। ਫਿਲਹਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਂਜੇ ਸੀਗੇ,
ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਹਾਂ, ਫਿਰ ਜਿਹੜੀ ਹੈਗੀ ਪੂਰੀ ਚੀਜ਼ਾਂ ਕਲੀਅਰ ਹੋਣਗੀਆਂ, ਐਫ ਆਈ ਆਰ ਰਨ ਕਰਦੇ ਹਾਂ। ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲਦ ਤੋਂ ਜਲਦ ਜਿਹੜੀ ਸ਼ੇਅਰ ਕੀਤੀ ਜਾਏਗੀ। ਪੋਸਟਰ ਵੀ ਮਿਲਿਆ ਜੀ, ਕਿਉਂਕਿ ਪਹਿਲਾਂ ਸੁਣਿਆ ਸੀ ਕੋਈ ਬੀਰੋ ਵਾਲੇ ਦੇ ਨਾਂ ਦਾ ਕੋਈ? ਹਾਂ, ਇੱਕ ਪੋਸਟਰ ਜ਼ਰੂਰ ਮਿਲਿਆ, ਉਹਦੀ ਵੈਰੀਫਿਕੇਸ਼ਨ ਵੀ ਚੱਲਦੀ ਹੈ। ਜਿਹੜਾ ਬੰਦਾ ਨਾਲ ਸੀਗਾ, ਜਿਹੜਾ ਬੰਦਾ ਕੋ ਡਰਾਈਵਰ ਸੀਗਾ, ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਹਾਂ, ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ। ਸਰ, ਇੱਕ ਜਿਵੇਂ ਗੋਲੀ ਚੱਲੀ ਹੈ, ਉਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ, ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜਜਮੈਂਟ? ਦੇਖੋ, ਇਹ ਤਫਤੀਸ਼ ਦਾ ਵਿਸ਼ਾ ਜੀ, ਪਤਾ ਲੱਗਿਆ, ਐਫ ਆਈ ਆਰ ਦਰਜ ਕਰਦੇ ਹਾਂ, ਸਟੇਟਮੈਂਟ ਲੈਂਦੇ ਹਾਂ। ਸਾਡੀਆਂ ਵੱਖ ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਏ ਦੇ ਵਿੱਚ ਹੈਗੀਆਂ, ਸੀ ਸੀ ਟੀ ਵੀ ਕੈਮਰੇ ਚੈੱਕ ਹੋ ਰਹੇ ਆ, ਬਾਕੀ ਸਾਰੀਆਂ ਟੈਕਨੀਕਲ ਜਾਂ ਹਿਊਮਨ ਇੰਟੈਲੀਜੈਂਸ ਨਾਲ ਜਿਸ ਤਰ੍ਹਾਂ ਦੀ ਹੋਏਗੀ ਬਿਲਕੁਲ ਜੀ, ਹੋਰ ਵੀ ਬਰਾਮਦ ਹੋਏ ਆ। ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਉਹ ਆਲਰੇਡੀ ਇਨ ਪਲੇਸ ਹੈ, ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ। ਮ੍ਰਿਤਕ ਨਾਮ ਕੀ ਹੈ, ਪਤਾ ਲੱਗਿਆ ਸਰ? ਆਪਾਂ ਇਨੀਸ਼ੀਅਲ ਸਟੇਜਿਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ, ਤੁਹਾਨੂੰ ਸ਼ਾਰਟਲੀ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ। ਥੈਂਕ ਯੂ।